ਅਸਲਾਮ ਅਲੈਕਮ ਮੇਰੇ ਮਿੱਤਰੋ, ਮੇਰੇ ਸੱਜਣੋ, ਮੇਰੇ ਬੇਲੀਓ, ਮੇਰੇ ਭਰਾਓ, ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਤੇ ਅੱਜ ਬੜੀ ਦੇਰ ਬਾਅਦ ਵੀਡੀਓ ਤੁਹਾਡੇ ਵਾਸਤੇ ਦੁਬਾਰਾ ਲੈ ਕੇ ਆਏ ਹਾਂ, ਕਿਉਂਕਿ ਬਾਈਆਂ ਦੇ ਬੜੇ ਸਵਾਲ ਸਨ, ਬੜੇ ਕੁਐਸਚਨ ਸਨ, ਅਤੇ ਉਹ ਸਾਰਿਆਂ ਦਾ ਜਵਾਬ ਦੇਣ ਮੈਂ ਅੱਜ ਆਇਆਂ। ਅਤੇ ਤੁਹਾਡੇ ਵਾਸਤੇ ਇੱਕ ਇਨਫੋਰਮੇਸ਼ਨ ਬੜੀ ਜ਼ਰੂਰੀ ਲੈ ਕੇ ਆਏ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਆਲੂਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ, ਅਤੇ ਇਹਦੀ ਆਲੂਆਂ ਦੀ ਜਿਹੜੀ ਸਾਰੀ ਮਾਲੂਮਾਤ ਹੈ ਉਹ ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕੀਤੀ ਜਾਏਗੀ। ਅਤੇ ਜਿਹੜੇ ਮੇਰੇ ਬਾਈ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਿਆ ਜੇ। ਅਤੇ ਇਨਸ਼ਾਅੱਲਾ ਵੀਡੀਓ ਰੈਗੂਲਰਿਟੀ ਨਾਲ ਹੁਣ ਐਂਦਾ ਤੋਂ ਆਉਂਦੀ ਰਹੇਗੀ। ਅਤੇ ਚਲੋ ਬਗੈਰ ਕਿਸੇ ਡਿਲੇ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ, ਜਿਵੇਂ ਤੁਹਾਨੂੰ ਪਤਾ ਹੈ ਕਿ ਆਲੂ ਦਾ ਜਿਹੜਾ ਬੀਜ ਹੈ ਉਹ ਕਿਹੜਾ ਲਾਇਆ ਜਾਏ, ਅਤੇ ਟਾਈਮ ਜਿਹੜਾ ਹੈ ਆਲੂ ਦਾ ਉਹ ਕਿਹੜਾ ਹੋਣਾ ਚਾਹੀਦਾ ਹੈ, ਜਿਹਦੇ 'ਚ ਆਲੂ ਦੀ ਪੈਦਾਵਾਰ ਵੀ ਜ਼ਿਆਦਾ ਹੋਏ ਅਤੇ ਖਪਤ ਵੀ ਕੰਮ ਆਏ, ਯਾਨੀ ਕਿ ਖਰਚਾ ਵੀ ਕੰਮ ਆਏ। ਕਿਉਂਕਿ ਤੁਹਾਨੂੰ ਪਤਾ ਹੈ ਆਲੂ ਦੀ ਜਿਹੜੀ ਹੈ ਨਾ ਕੁਆਲਿਟੀਜ਼ ਅਤੇ ਵਰਾਇਟੀਜ਼ ਬਹੁਤ ਜ਼ਿਆਦਾ ਨੇ। ਚਿੱਟੇ ਦੇ ਵਿੱਚ ਜਿਹੜਾ ਸਫੇਦ ਆਲੂ ਹੈ ਉਹਦੇ ਵਿੱਚ ਦੋ ਕੁਆਲਿਟੀਆਂ ਜ਼ਿਆਦਾ ਮਸ਼ਹੂਰ ਨੇ, ਜਿਹਦੇ ਵਿੱਚ ਸਾਂਟਾ ਹੈ ਅਤੇ ਮੁਜ਼ੀਕਾ ਹੈ ਅਤੇ ਰਵੇਰਾ ਹੈ। ਇਹ ਤਿੰਨ ਆਲੂ ਜ਼ਿਆਦਾ ਮਸ਼ਹੂਰ ਨੇ। ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਬਿਹਤਰੀਨ ਕੁਆਲਿਟੀ ਦਾ ਆਲੂ ਹੈ ਉਹ ਸਾਂਟਾ ਅਤੇ ਹੈਗਾ ਮਜ਼ੀਕਾ, ਤੁਸੀਂ ਕੋਈ ਵੀ ਲਾ ਸਕਦੇ। ਅਤੇ ਜਿਹੜਾ ਟਾਈਮ ਹੈ, ਅੱਛਾ ਟਾਈਮ ਆਲੂ ਦਾ, ਉਹ 8 ਅਕਤੂਬਰ ਤੋਂ ਲੈ ਕੇ ਸਟਾਰਟ ਹੋ ਜਾਂਦਾ, 8 ਤੋਂ 10 ਅਕਤੂਬਰ ਤੋਂ ਸਟਾਰਟ ਹੋ ਜਾਂਦਾ, ਅਤੇ ਤੁਹਾਨੂੰ ਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ। ਗਰਮੀ ਦਾ ਤੁਸੀਂ ਹਿਸਾਬ ਲਾ ਲਓ, ਸਤੰਬਰ 'ਚ ਕੋਸ਼ਿਸ਼ ਕਰੋ ਕਿ ਨਾ ਲਾਓ, ਕਿਉਂਕਿ ਗਰਮੀ ਜ਼ਿਆਦਾ ਹੋ ਜਾਂਦੀ ਹੈ, ਕਦੇ ਕਦੇ ਬਾਰਿਸ਼ ਵਗੈਰਾ ਹੋ ਜਾਂਦੀ ਹੈ। ਅਤੇ ਅਗਰ ਗਰਮੀ ਜ਼ਿਆਦਾ ਪੈ ਜਾਵੇ ਸਤੰਬਰ ਦੇ ਵਿੱਚ ਜਾਂ ਅਕਤੂਬਰ ਦੇ 5 ਤਰੀਕ ਤੋਂ ਪਹਿਲੇ ਪਹਿਲੇ, ਅਤੇ ਆਲੂ ਜਿਹੜਾ ਉਹਦਾ ਜਿਹੜਾ ਬੀਜ ਹੁੰਦਾ ਉਹ ਖਰਾਬ ਹੋਣ ਦਾ ਖਦਸ਼ਾ ਹੁੰਦਾ, ਅਤੇ ਤੁਹਾਡਾ ਜਿਹੜੀ ਲਾਗਤ ਹੈ ਉਹ ਬੜ ਜਾਏਗੀ, ਦੁਬਾਰਾ ਤੁਹਾਨੂੰ ਬੀਜ ਲਾਉਣਾ ਪਏਗਾ। ਅਤੇ ਕੋਸ਼ਿਸ਼ ਕਰੋ ਕਿ 5 ਅਕਤੂਬਰ ਤੋਂ ਬਾਅਦ ਆਲੂ ਦੀ ਕਾਸ਼ਤ ਕਰੋ। ਸਹੀ ਹੋ ਗਿਆ, ਇਹ ਤਾਂ ਹੈ ਸੀ ਜੀ ਟਾਈਮ। 5 ਅਕਤੂਬਰ ਤੋਂ ਬਾਅਦ ਜਿਹੜਾ ਐਂਡ ਟਾਈਮ ਹੈ ਉਹ ਹਰ ਬਾਈ ਦਾ ਆਪਦਾ ਤਜਰਬਾ ਹੈ। 5 ਅਕਤੂਬਰ ਤੋਂ ਲੈ ਕੇ 5 ਨਵੰਬਰ 10 ਨਵੰਬਰ ਤੱਕ ਤੁਹਾਡੀ ਕਾਸ਼ਤ ਮੁਕੰਮਲ ਹੋ ਜਾਣੀ ਚਾਹੀਦੀ। ਇਸ ਤੋਂ ਬਾਅਦ ਨਹੀਂ ਲੇਟ ਕਰਨਾ ਚਾਹੀਦਾ, ਕਿਉਂਕਿ ਫਿਰ ਉਸ ਤੋਂ ਬਾਅਦ ਕੋਰਾ ਪੈਣ ਲੱਗ ਪੈਂਦਾ, ਕਈ ਇਲਾਕਿਆਂ ਦੇ ਵਿੱਚ ਉਹਨੂੰ ਕੱਕਰ ਵੀ ਕਹਿੰਦੇ ਨੇ, ਫਿਰ ਆਲੂ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਹੁਣ ਗੱਲ ਕਰਦੇ ਹਾਂ ਜੀ ਲਾਲ ਆਲੂ ਦੇ ਵਿੱਚ ਕਿਹੜੀ ਕਿਹੜੀ ਕੁਆਲਿਟੀਜ਼ ਨੇ, ਅਤੇ ਲਾਲ ਆਲੂ ਦੇ ਵਿੱਚ ਕਿਹੜੀ ਕਿਹੜੀ ਕੁਆਲਿਟੀ ਲਾਉਣੀ ਚਾਹੀਦੀ ਹੈ, ਅਤੇ 1 ਏਕੜ ਦੇ ਉੱਤੇ ਕਿੰਨਾ ਖਰਚਾ ਆਉਂਦਾ। ਲਾਲ ਆਲੂ ਦੇ ਵਿੱਚ ਜਿਹੜਾ ਬੈਸਟ ਆਲੂ ਹੈ, ਮਸ਼ਹੂਰ ਹੈ, ਜ਼ਿਆਦਾ ਚੱਲਦਾ ਹੈ, ਉਹ ਹੈ ਜੀ ਇਸਮੀ। ਇਸਮੀ ਦੇ ਨਾਲ ਫਿਰ ਡੋਨਾ ਸਟਾਰ ਆ ਜਾਂਦਾ, ਜ਼ੀਨਾ ਰੈੱਡ ਆ ਜਾਂਦਾ, ਅਤੇ ਅਗਰ ਨਵਾਂ ਬੀਜ ਹੈ ਤਾਂ ਐਕਸਟ੍ਰੈਕਸ, ਉਹ ਧੜ ਦਾ ਬਹੁਤ, ਢੇਰੀ ਦਾ ਮਾਲ ਬਹੁਤ ਮਜ਼ਬੂਤ ਹੁੰਦਾ। ਅਗਰ ਨਵਾਂ ਆਲੂ ਹੈ ਨਾ, ਨਵਾਂ ਬੀਜ ਹੈ, ਅਤੇ ਐਕਸਟ੍ਰੈਕਸ ਵੀ ਬਿਹਤਰੀਨ ਹੈ। ਫਿਰ ਐਲਬਰਟ ਹੈ, ਕੈਮਲ ਹੈ, ਪੈਪਸੀ ਹੈ, ਲਾਰਾ ਹੈ, ਤੁਸੀਂ ਆਪਦੀ ਜ਼ਰੂਰਤ ਦੇ ਮੁਤਾਬਕ ਲਾ ਸਕਦੇ ਜੀ, ਕੋਈ ਵੀ ਲਾ ਸਕਦੇ ਜੀ, ਸਾਰੇ ਆਲੂ ਹੀ ਬਿਹਤਰੀਨ ਨੇ। ਅਤੇ ਪੈਦਾਵਾਰ ਜਿਹੜੀ ਹੈ ਨਾ ਉਹ ਲਾਲ ਆਲੂ ਦੇ ਵਿੱਚ ਇਸਮੀ ਦੀ ਜ਼ਿਆਦਾ ਰਹਿੰਦੀ ਹੈ, 100 ਦੇ ਰਾਊਂਡ ਅਬਾਊਟ ਨਿਕਲ ਜਾਂਦਾ ਹੈ ਇਸਮੀ, ਅਗਰ ਅੱਛਾ ਸੰਭਾਲਿਆ ਹੋਵੇ ਤਾਂ। ਅਗਰ ਨਵਾਂ ਬੀਜ ਹੈ ਜੀ ਉਹ ਤਾਂ ਫਿਰ 8 ਤੋਂ 10 ਹਜ਼ਾਰ ਦੀ ਬੋਰੀ ਮਿਲਦੀ ਪਈ ਹੈ ਇਸਮੀ ਦੀ, ਠੀਕ ਹੈ। ਨਵਾਂ ਬੀਜ ਹੈ ਨਾ ਜਿਹੜਾ 1 ਸਾਲ 2 ਸਾਲ ਤੀਸਰੇ ਸਾਲ ਦੇ ਵਿੱਚ ਲੱਗ ਰਿਹਾ, ਉਹ 8 ਤੋਂ 10 ਹਜ਼ਾਰ ਦੀ ਬੋਰੀ ਮਿਲਦੀ 122 ਕਿਲੋ ਦੀ, ਅਤੇ ਤਕਰੀਬਨ 10 ਤੋਂ 12 ਬੋਰੀਆਂ ਪਰ ਏਕੜ 'ਤੇ ਖਰਚਾ ਆ ਜਾਂਦਾ। ਕੋਈ ਵੀ ਆਲੂ 10 ਤੋਂ 12 ਬੋਰੀਆਂ ਪਰ ਏਕੜ ਦੇ, ਅਗਰ ਉਹ ਵਾਈਟ ਮਜ਼ੀਕਾ ਹੈ, ਸਾਂਟੇ ਹੈ, ਲਾਲ ਦੇ ਵਿੱਚ ਕੋਈ ਵੀ ਆਲੂ ਹੈ, 10 ਤੋਂ 12 ਬੋਰੀਆਂ
ਅਗਰ ਜਾਲੀਆਂ ਲਾਉਂਦੇ ਜੇ ਤਾਂ ਉਹ 22 ਤੋਂ 24 ਜਾਲੀਆਂ ਪਰ ਏਕੜ 'ਤੇ ਖਰਚਾ ਆਉਂਦਾ, ਅਤੇ ਉਹ ਰੇਟ ਦੇ ਹਿਸਾਬ ਨਾਲ ਤੁਸੀਂ ਹਿਸਾਬ ਕਰ ਲਓ। ਅਤੇ ਯੂਰੀਆ ਜਿਹੜੀ DAP ਉਹ ਥੱਲੇ ਆਮ ਤੌਰ 'ਤੇ 3 ਪਾਉਂਦੇ ਨੇ, ਫਿਰ ਉੱਤੇ 2-3 ਯੂਰੀਆ ਲਾ ਲਓ, ਕੋਈ ਨਾਈਟਰੋ ਲਾ ਲਓ, ਕੋਈ ਪੋਟਾਸ਼ ਲਾ ਲਓ, ਉਹ ਫਿਰ ਤੁਹਾਡਾ ਆਪਦਾ ਹਿਸਾਬ ਹੈ। ਅਤੇ ਮੈਂ ਕਿਹਾ ਭਾਈਆਂ ਨੂੰ ਥੋੜ੍ਹਾ ਜਿਹਾ ਗਾਈਡ ਕਰ ਦਈਏ ਕਿ ਟਾਈਮ ਜਿਹੜਾ ਹੈ ਉਹ ਕਿਹੜਾ ਬਿਹਤਰੀਨ ਹੈ ਆਲੂਆਂ ਦਾ, ਅਤੇ ਕਿਸ ਟਾਈਮ ਦੇ ਵਿੱਚ ਕਾਸ਼ਤ ਕਰਨਾ ਚਾਹੀਦਾ ਅਤੇ ਕਿਹੜਾ ਆਲੂ ਕਾਸ਼ਤ ਕਰਨਾ ਚਾਹੀਦਾ। ਉਮੀਦ ਕਰਨਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਅਗਰ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਅਗਰ ਕਿਸੇ ਬਾਈ ਨੂੰ ਬੀਜ ਵਗੈਰਾ ਚਾਹੀਦਾ ਹੋਵੇ, ਕਾਫੀ ਮੈਸੇਜ ਕਰਦੇ ਰਹਿੰਦੇ ਨੇ, ਅਗਰ ਸਾਡੇ ਕੋਲ ਜਿੰਨਾ ਤੱਕ ਪੋਸੀਬਲ ਹੋਇਆ ਉਹ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਰਿਪਲਾਈ ਕਰਾਂਗੇ ਅਤੇ ਬੀਜ ਵੀ ਤੁਹਾਡੇ ਘਰ ਤੱਕ ਡਿਲੀਵਰ ਕਰਾਂਗੇ। ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।